ਪਰ ਮੈਨੂੰ ਭਾਵੇਂ ਮਾਰ ਦਿੰਦੇ, ਮੈਂ ਆਪਦੀ ਪੱਗ ਦਾ ਟੋਟਾ ਲੈ ਕੇ ਉੱਥੋਂ ਤੁਰਿਆ। ਘੁੱਗੂ ਤਾਂ ਬੋਲ ਗਿਆ ਦਿੱਲੀਏ, ਮੇਰਾ ਹਾਲ ਕੀ ਆ ਦੇਖ ਲੋ। ਆ ਦੇਖੋ ਤੁਹਾਡੇ ਨਾਲ ਤਾਂ ਯਾਰ ਜਿਹੜੇ ਸਾਡੇ ਬਿਹਾਰ ਮਜ਼ਦੂਰ ਇੱਥੇ ਖੇਤਾਂ ਚ ਕੰਮ ਕਰਦੇ ਆ ਸਾਡੇ, ਉਹ ਚੰਗੇ ਆ। ਦੋ ਦਿਨ ਕੋਠੇ ਚਗਲਿਆਂ ਨੇ ਮੈਨੂੰ ਟਿਕਾਣਾ ਦਿੱਤਾ, ਉਹਨਾਂ ਦੇ ਨਾਲ ਰਿਹਾ, ਸੜਕਾਂ ਤੇ ਫਿਰਦਾ, ਕਦੇ ਇੱਕ ਪਾਸੇ ਨੂੰ ਕਦੇ ਦੂਜੇ ਪਾਸੇ ਨੂੰ, ਮਗਰ ਪੈ ਜਾਂਦੇ ਉੱਥੋਂ। ਉੱਥੇ ਲੜਾਂ ਤੁਹਾਡੇ ਨਾਲ ਖੜ ਕੇ, ਸਾਡੇ ਮੋਰਚੇ ਚ ਇਕੱਠੇ ਹੋ ਕੇ ਜਾਓ, ਕੋਈ ਨੀ ਦੀਪ ਸਿੱਧੂ ਪਾਸੇ ਹੋ ਜੂਗਾ, ਤੁਸੀਂ ਮੋਰਚੇ ਚ ਇਕੱਠੇ ਹੋ ਕੇ ਜਾਓ, ਅਸੀਂ ਮੋਰਚਾ ਜਿੱਤਣਾ, ਫਤਿਹ ਕਰਨਾ। ਆ ਮੇਰਾ ਖਾਣਾ, ਆ ਮੇਰਾ ਹਾਲ, ਆ ਕੇਲੇ ਕਿੰਨੂ ਖਾ ਕੇ ਗੁਜ਼ਾਰੇ ਕਰੀ ਜਾਂਦਾ। ਆ ਦੇਖ ਲੋ, ਆ ਮੇਰੇ ਹਾਲ ਆ, ਇੱਥੇ ਰੋਟੀ ਨੂੰ ਤਰਸਦਿਆਂ ਫਿਰਦਾ, ਤੇ ਤੁਸੀਂ ਮੇਰੇ ਪਰਿਵਾਰ ਤੇ ਚੜ ਗਏ, ਮੇਰੇ ਪਿਓ ਨੂੰ। ਉਹ ਕੋਈ ਆਪ ਸਟੇਟ ਦਾ ਬੰਦਾ, ਸੈਣੀ ਦਾ ਕਰੀਬ, ਉਹ ਆ ਕੇ ਮੇਰੇ ਪਿਓ ਤੇ ਲਾਹਨਤਾਂ ਲਾ ਰਿਹਾ, ਤੋਹਮਤਾਂ ਲਾ ਰਿਹਾ, ਉਹਨੇ ਸਭ ਕੁਝ ਵਾਰਤਾ। ਸਾਨੂੰ ਵੀ ਸੜਕਾਂ ਤੇ ਪਾਲਿਆ, ਦਸ ਦਸ ਰੁਪਈਆਂ ਦੇ ਮੁਹਤਾਜ ਹੁੰਦੇ ਸੀ, ਕੋਠੀਆਂ ਚ ਰਹਿੰਦੇ ਸੀ ਜਿਹੜੇ, ਦਸ ਦਸ ਰੁਪਈਆਂ ਦੇ, ਕਿਉਂਕਿ ਸਭ ਕੁਝ ਵਾਰਤਾ, ਤੁਹਾਡੇ ਤੇ ਹੀ ਵਾਰਿਆ। ਕਿਰਾਇਆਂ ਤੇ ਪਲੇ ਆ, ਕਿਰਾਇਆਂ ਤੇ ਰਹੇ ਆ, ਕਿਰਾਏ ਨੀ ਹੁੰਦੇ ਸੀ ਜੇਬ ਚ। ਅੱਜ ਉਸ ਪਿਓ ਦੀਆਂ ਸਫਾਈਆਂ ਦੇਊਂਗਾ ਮੈਂ, ਕੌਣ ਲੜੂਗਾ ਤੁਹਾਡੇ ਲਈ? ਤੁਹਾਡੇ ਲਈ ਨੀ ਕੋਈ ਲੜ ਸਕਦਾ, ਤੁਹਾਡੇ ਚ ਹੈ ਨੀ ਗੈਰਤੀ, ਹੈ ਨੀ ਤੁਹਾਡੇ ਚ। ਤੁਸੀਂ ਅੱਜ ਮੈਨੂੰ ਇਮੋਸ਼ਨਲ ਕਰਤਾ, ਮੇਰੀ ਮੇਰੀ ਰੂਹ ਅੱਜ ਦੁਖੀ ਆ ਤੁਹਾਡੇ। ਸਤਿ ਸ੍ਰੀ ਅਕਾਲ ਦੋਸਤੋ, ਮੈਂ ਕੁਲਵਿੰਦਰ ਸਿੰਘ ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਇਸ ਵੇਲੇ ਦੇ ਕੁਝ ਖਾਸ ਅਪਡੇਟ ਲੈ ਕੇ, ਹੁਣ ਦੇ ਅਪਡੇਟਸ ਦੀ ਲੜੀ ਨੂੰ। ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਰਿਕੁਐਸਟ ਹੈ ਕਿ ਅੱਜ ਦੀ ਵੀਡੀਓ ਵਿੱਚ ਜਿੰਨੇ ਵੀ ਅਪਡੇਟ ਨੇ ਸਾਰੇ ਹੀ ਖਾਸ ਨੇ, ਇਸ ਲਈ ਸਾਰੇ ਦੋਸਤ ਵੀਡੀਓ ਨਾਲ ਅਖੀਰ ਤੱਕ ਬਣੇ ਰਹਿਣਾ ਅਤੇ ਬਿਨਾਂ ਤੁਹਾਡਾ ਜ਼ਿਆਦਾ ਸਮਾਂ ਲਏ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਅਪਡੇਟਸ ਦੀ ਲੜੀ ਨੂੰ। ਪੰਜਾਬ ਦੀ ਪਹਿਲ ਤੋਂ ਬਾਅਦ ਖੇਤੀ ਨੂੰ ਬਚਾਉਣ ਦੇ ਲਈ ਅਤੇ ਕੇਂਦਰ ਸਰਕਾਰ ਦੇ ਕਾਲੇ ਧਨ ਵਾਪਸ ਕਰਾਉਣ ਦੇ ਲਈ ਇਸ ਵੇਲੇ ਕਿਸਾਨ ਦਿੱਲੀ ਦੇ ਬਾਰਡਰਾਂ 'ਤੇ ਧਰਨੇ ਲਗਾ ਰਹੇ ਨੇ ਆਪਣੇ ਹੱਕਾਂ ਦੇ ਲਈ। ਉੱਥੇ ਦੋਸਤੋ ਗੋਦੀ ਮੀਡੀਆ, ਜੋ ਕਿ ਨੈਸ਼ਨਲ ਮੀਡੀਆ ਦਾ ਆਪਣਾ ਫਰਜ਼ ਭੁੱਲਦੇ ਹੋਏ ਸਿਰਫ ਸਰਕਾਰ ਦੀ ਬੋਲੀ ਦੇ ਵਿੱਚ ਬੋਲੀ ਬੋਲ ਰਿਹਾ ਅਤੇ ਕਿਸਾਨਾਂ ਦੇ ਇਸ ਸੰਘਰਸ਼ ਨੂੰ ਹਰ ਰੋਜ਼ ਗਲਤ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਥੇ ਇਸ ਸਮੇਂ ਸੋਸ਼ਲ ਮੀਡੀਆ ਸਭ ਤੋਂ ਵੱਡੀ ਤਾਕਤ ਹੈ ਸੱਚ ਸਾਹਮਣੇ ਲੈ ਕੇ ਆਉਣ ਦੀ। ਉੱਥੇ ਵੀ ਦੋਸਤੋ ਸਰਕਾਰਾਂ ਦੀਆਂ ਚਾਲਾਂ ਹਰ ਰੋਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜਦੋਂ ਨੈੱਟ ਬੰਦ ਕਰ ਦਿੱਤਾ ਜਾਂਦਾ ਅਤੇ ਅਜਿਹੇ ਦੇ ਵਿੱਚ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਨੇ ਆਪਣਾ ਅਹਿਮ ਯੋਗਦਾਨ ਪਾਇਆ ਕਿਸਾਨੀ ਸੰਘਰਸ਼ ਨੂੰ ਆਪਣੇ ਸੋਸ਼ਲ ਮੀਡੀਆ ਜ਼ਰੀਏ ਪੂਰੀ ਦੁਨੀਆ ਦੇ ਸਾਹਮਣੇ ਲੈ ਕੇ ਆਉਣ ਦਾ। ਪਰ ਦੋਸਤੋ ਬਾਲੀਵੁੱਡ ਦੇ ਉਹ ਸਿਤਾਰੇ ਜੋ ਕਿ ਹਮੇਸ਼ਾ ਪੰਜਾਬ ਦੇ ਨਾਂ 'ਤੇ ਲੋਕਾਂ ਨੂੰ ਇੱਕ ਤਰੀਕੇ ਦੇ ਨਾਲ ਬਲੈਕਮੇਲ ਕਰਦੇ ਆਏ ਨੇ ਕਿ ਅਸੀਂ ਤਾਂ ਪੰਜਾਬ ਦੇ ਪੁੱਤ ਹਾਂ, ਉਹ ਇਸ ਵੇਲੇ ਕਿੱਥੇ ਨੇ ਕੋਈ ਨਹੀਂ ਜਾਣਦਾ, ਕਿਉਂ ਚੁੱਪ ਨੇ, ਕੀ ਡਰ ਹੈ ਉਹਨਾਂ ਨੂੰ, ਕੀ ਲਾਲਚ ਹੈ, ਕਿਉਂ ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਬੋਲ ਰਹੇ, ਇਹ ਤਾਂ ਗੱਲ ਕੋਈ ਵੀ ਨਹੀਂ ਜਾਣਦਾ। ਸੁਣੋ, ਜੋ ਆਪਨੇ ਅਗਲੇ 5 ਸਾਲ ਮੇਂ ਸਭ ਐਡਸ ਵੈਡਸ ਕੀ ਡੇਟ ਦੇ ਰੱਖੀ, ਉਹ ਸਾਰੀ ਆਪਨੇ ਲਾਕਡਾਊਨ ਮੇਂ ਕੱਢਾ ਲਈ। ਕਰ ਦੀ, ਖਤਮ ਕਰ ਲਈ। ਕਿਤਨੀ ਐਡ ਸ਼ੂਟ ਕੀ ਭਾਜੀ ਆਪਨੇ? ਮੈਨੇ ਕਰੀਬਨ 912 ਕੀ ਹੈ ਐਡਸ। ਇਤਨੀ ਤੋਂ ਜਬ ਦੇਸ਼ ਚੱਲ ਰਹਾ ਹੋਤਾ ਤਬ ਨਹੀਂ ਹੋਤੀ, ਆਪਨੇ ਲਾਕਡਾਊਨ ਮੇਂ 9 ਐਡ ਨਿਪਟਾ ਡਾਲੀ।
क्या हुआ यार इसमें क्या नहीं तेरे को तो खुश होना चाहिए। मेरे को एक बात बता, तेरा पंजाबी भाई है, मैं नहीं करूं। इना ही चुप वट ते एहसान फरामोश बॉलीवुड सितारियां दे विचों एक अक्षय कुमार जो कि हर किते अपने आप नूं पंजाबी तां दसदा है पर जदों इस वेले पंजाबियां नूं ते किसानी नूं जरूरत है उस वल्लों किसानां दे हक दे विच आ के बोलण दी तां उसने एक हा दा नारा तक किसानां ते पंजाब दे हक दे विच नहीं मारिया। उत्थे दोस्तो किसानी संघर्ष दे विच अपना योगदान पाउण वाला एक किसान जदों पहुँच गया अक्षय कुमार दे घर तां ਅੱਗੇ ਕੀ ਹੋਇਆ ਤੁਸੀਂ ਆਪ ਹੀ ਦੇਖ ਲਵੋ ਇਸ ਵੀਡੀਓ ਦੇ ਵਿੱਚ। ਕਿਸਾਨ ਉਨਕੋ ਸਪੋਰਟ ਕਰਨੀ ਚਾਹੀਏ, ਕਿਸਾਨੋ ਕੀ ਜੋ ਸੰਘਰਸ਼ ਕਰ ਰਹੇ ਹੈ ਉਸਕੇ ਲਈ ਹਮ ਉਨਸੇ ਬਾਤ ਕਰਨੇ ਹੈ। ਤੋ ਹੈ ਨਾ ਸਰ, ਕਿਆ ਕਰੇਂਗੇ, ਰਾਜਸਥਾਨ ਬੋਰਡਰ ਪੇ ਸ਼ੂਟਿੰਗ ਚੱਲ ਰਹਾ ਹੈ। ਰਾਜਸਥਾਨ ਬੋਰਡਰ ਪੇ ਸ਼ੂਟਿੰਗ ਚੱਲ ਰਹਾ ਹੈ। ਕਹਾਂ ਪਰ ਹੈ? ਇਹ ਬੋਰਡਰ ਪੇ ਪਾਕਿਸਤਾਨ ਔਰ ਹਾਂ ਜੋ ਬੋਰਡਰ ਹੈ ਰਾਜਸਥਾਨ ਦਾ। ਚਲੋ ਕੱਲ ਕੋ ਵਹਾਂ ਹੀ ਪਹੁੰਚ ਕੇ ਇਹਗੇ ਹੋਰ ਆਹ ਅਡਾਨੀਆਂ ਦਾ ਪਲਾਟ ਲੱਗਿਆ ਹੋਇਆ, ਉਹ ਅਕਸ਼ੈ ਕੁਮਾਰ ਦਾ ਘਰ ਆ। ਆਹ ਅਡਾਨੀਆਂ ਦਾ ਪਲਾਟ ਲੱਗਿਆ, ਇਹ ਵੀ ਨਹੀਂ ਪਤਾ ਵੀ ਇਹ ਜਿਹੜਾ ਪਲਾਟ ਆ ਸ਼ਾਇਦ ਮੁਸਾ ਅਕਸ਼ੈ ਕੁਮਾਰ ਦਾ ਆਪਦਾ ਹੀ ਹੋਵੇ। ਸੋ ਕਮਾਲ ਹੈ ਯਾਰ, ਕਿਵੇਂ ਇਹਨਾਂ ਦੀ ਸਾਰਿਆਂ ਦੀ ਆਪਸ ਜੀ ਗੰਢੀ ਗੰਢੀ ਹੋਈ ਆ, ਲੋਕ ਦੇਖਦੇ ਹੀ ਨਹੀਂ ਕੀ ਮਤਲਬ ਆ ਯਾਰ, ਇਹ ਸਮਝ ਨਹੀਂ ਆਉਂਦੀ। ਪਿੱਛੇ ਜੇ ਤੁਸੀਂ ਦੇਖਿਆ ਹੋਣਾ ਕਰੋਨਾ ਦੇ ਵਿੱਚ ਸਭ ਤੋਂ ਮੂਹਰੇ ਭੱਜ ਕੇ ਵੀ ਕਰੋਨਾ ਲੋਕਾਂ ਨੂੰ ਬਿਪਤਾ ਤੋਂ ਬਚਾਉਣ ਦਾ ਸਾਰੀ ਇੰਡਸਟਰੀ ਨੇ ਸਾਰੀ ਨੇ ਪੈਸਾ ਦਿੱਤਾ ਸਿਰਫ ਬਾਕੀਆਂ ਦੇ ਕੋਲੋਂ ਪੈਸਾ ਕਢਾਉਣ ਵਾਸਤੇ, ਦੂਏ ਪਾਸਿਓਂ ਘੁਮਾ ਕੇ ਚੈੱਕ ਉਹਨੂੰ ਦੁਬਾਰਾ ਮੋੜਤਾ ਹੋਵੇ। ਪਤਾ ਨਹੀਂ ਉਹ ਦੇਖੋ ਬਾਅਦ 'ਚ ਕੀ ਹੋਇਆ, ਉਹ ਸਾਰਾ ਹੀ ਜਿਹੜਾ ਪੈਸਾ ਸੀਗਾ ਜੋ PM ਫੰਡ ਦੇ ਨਾਂ 'ਤੇ ਮੋਦੀ ਨੇ ਲਿਆ ਸੀਗਾ ਉਹ ਬਾਅਦ 'ਚ ਕੀ ਹੋਇਆ ਕਨਵਰਟ ਕਰਕੇ ਉਹਨੂੰ ਪ੍ਰਾਈਵੇਟ ਬਣਾ ਦਿੱਤਾ ਗਿਆ, ਪੈਸੇ ਨੂੰ ਸਾਰੇ ਦੇ ਸਾਰੇ ਨੂੰ ਪ੍ਰਾਈਵੇਟ ਬਣਾ ਦਿੱਤਾ ਗਿਆ, ਆਪਣੇ ਅਕਾਊਂਟ ਦੇ ਵਿੱਚ ਉਹਨੂੰ ਟ੍ਰਾਂਸਫਰਮ ਕਰ ਲਿਆ ਅਤੇ ਇਹੋ ਜਿਹਾ ਸਾਡੇ ਸਾਨੂੰ ਦੇਸ਼ ਦਾ ਪ੍ਰਧਾਨ ਮੰਤਰੀ ਮਿਲਿਆ। ਕਮਾਲ ਹੈ ਯਾਰ, ਐਸੀ ਠੱਗੀਆਂ ਐਸੀਆਂ ਠੋਰੀਆਂ ਮਤਲਬ ਇਸ ਬੰਦੇ ਵੱਲੋਂ ਵੱਜੀਆਂ ਰਹੀਆਂ ਨੇ, ਇਹਨੂੰ ਪ੍ਰਧਾਨ ਮੰਤਰੀ ਕਹਿੰਦਿਆਂ ਹੋਇਆ ਸਾਨੂੰ ਹੁਣ ਤਾਂ ਸ਼ਰਮ ਆਉਣ ਲੱਗ ਗਈ ਯਾਰ, ਤੂੰ ਮਤਲਬ ਕਹਿਣਾ ਕੀ ਆ ਅਤੇ ਕਰਦਾ ਕੀ ਆ। ਇਸ ਬੰਦੇ ਦੀ ਕਹਿਣੀ ਅਤੇ ਕਰਨੀ ਦੇ ਵਿੱਚ ਜਮਾਂ ਹੀ ਅੰਤਰ ਆ, ਮਤਲਬ ਇਹ ਜੇ ਤੁਹਾਨੂੰ ਕਹਿ ਰਿਹਾ ਆ ਹੋਊਗਾ ਤਾਂ ਮਤਲਬ ਉਹਦਾ ਸਮਝ ਲਓ ਉਲਟਾ ਹੋਊਗਾ, ਹੱਦ ਹੋ ਗਈ ਇਸ ਬੰਦੇ ਦੀ, ਮਤਲਬ ਇਹਨੂੰ ਕੌਣ ਪ੍ਰਧਾਨ ਮੰਤਰੀ ਕਿਸ ਲਿਹਾਜੇ ਨਾਲ ਅਸੀਂ ਇਹਨੂੰ ਇਹਦਾ ਸਤਿਕਾਰ ਕਰੀਏ। ਸੋ ਇਸ ਚੀਜ਼ ਨੂੰ ਸਮਝੋ ਅਤੇ ਇਹ ਤਿੰਨੇ ਕਾਲੇ ਕਾਨੂੰਨ ਜੇ ਅਗਰ ਇਹ ਐਕਟਰ ਜਿੰਨੇ ਵੀ ਸਟਾਰ ਨੇ ਇਹ ਅਗਰ ਸਾਨੂੰ ਸਪੋਰਟ ਨਹੀਂ ਕਰਦੇ ਤਾਂ ਇਹਨਾਂ ਦੀਆਂ ਬਾਈਕਾਟ ਕਰੋ ਫਿਲਮਾਂ ਦਾ ਬਸ ਹੋਵੇ। ਸੋ ਇਹ ਜੈਮ ਇਹ ਪੂਰਾ ਜਿਹੜਾ ਅਕਸ਼ੈ ਕੁਮਾਰ ਆ ਇਹ ਪੂਰਾ ਮੋਦੀ ਭਗਤ ਆ, ਤੁਸੀਂ ਕਦੇ ਦੇਖਿਓ, ਮੈਂ ਤਾਂ ਕਿਹਾ ਵੀ ਹੈਗਾ ਵੀ ਮੋਦੀ ਦਾ ਪੁੱਤ ਆ ਇਹ ਅਕਸ਼ੈ ਕੁਮਾਰ ਆ ਜਿਹੜਾ, ਸੋ ਇਹਦਾ ਤਾਂ ਪੱਕਾ ਦੱਬ ਕੇ ਬਾਈਕਾਟ ਕਰੋ। ਇਸ ਬੰਦੇ ਨੂੰ ਤਾਂ ਜਮਾਂ ਹੀ ਇਹਦੀ ਕੋਈ ਵੀ ਫਿਲਮ ਨੂੰ ਪਿਆਰ ਨਹੀਂ ਦੇਣਾ, ਜਮਾਂ ਹੀ ਇਹਨੂੰ ਬੰਦੇ ਨੂੰ ਬਾਈਕਾਟ ਕਰੋ ਇਸ ਇਹਦੀਆਂ ਸਾਰੀਆਂ ਫਿਲਮਾਂ ਦਾ ਪੰਜਾਬੀ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਜਿੱਥੇ ਵੀ ਇਹਦੀ ਲੱਗਦੀ ਆ। ਸਗੋਂ ਜਿੱਥੇ ਵੀ ਇਹਦੀ ਫਿਲਮ ਦੀ ਸ਼ੂਟਿੰਗ ਚੱਲਦੀ ਉੱਥੇ ਵਿਰੋਧ ਕਰਨਾ ਸ਼ੁਰੂ ਕਰੋ ਇਹੋ ਜਿਹੇ ਬੰਦੇ ਦੀਆਂ। ਸੋ ਇਹਨਾਂ ਨੂੰ ਸੋਚਣਾ ਚਾਹੀਦਾ। ਜੈ ਜਵਾਨ ਜੈ ਕਿਸਾਨ। ਅਤੇ ਦੋਸਤੋ ਤੁਸੀਂ ਕੀ ਕਹੋਗੇ ਅਕਸ਼ੈ ਕੁਮਾਰ ਬਾਰੇ ਅਤੇ ਇਸ ਕਿਸਾਨ ਬਾਰੇ ਜੋ ਕਿ ਸੰਘਰਸ਼ ਦੇ ਵਿੱਚ ਕਾਫੀ ਅਹਿਮ ਯੋਗਦਾਨ ਪਾ ਰਿਹਾ ਹੈ ਅਤੇ ਉਸ ਵੱਲੋਂ ਜੋ ਤੱਥ ਜੋ ਗੱਲਾਂ ਸਾਹਮਣੇ ਰੱਖੀਆਂ ਗਈਆਂ ਨੇ ਉਹਨਾਂ ਬਾਰੇ ਤੁਹਾਡੇ ਕੀ ਵਿਚਾਰ ਨੇ, ਜੋ ਉਹਨਾਂ ਨੇ ਅਕਸ਼ੈ ਕੁਮਾਰ ਦੀਆਂ ਫਿਲਮਾਂ ਦਾ ਬਾਈਕਾਟ ਕਰਨ ਬਾਰੇ ਕਿਹਾ ਗਿਆ ਉਸ ਬਾਰੇ ਆਪਣੇ ਵਿਚਾਰ ਤੁਸੀਂ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ। ਉੱਥੇ ਦੋਸਤੋ ਦੀਪ ਸਿੱਧੂ ਜੋ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਜਿਸਦਾ ਕਿ ਕਾਫੀ ਜ਼ਿਆਦਾ ਕੁਝ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ, ਹਾਲਾਂਕਿ ਦੀਪ ਸਿੱਧੂ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਨੇ, ਉੱਥੇ ਹੀ ਕਿਸਾਨ ਜਥੇਬੰਦੀਆਂ ਨੇ ਜਿੱਥੇ ਸਟੇਜ ਤੋਂ ਦੀਪ ਸਿੱਧੂ ਨੂੰ ਗਦਾਰ ਕਿਹਾ ਉੱਥੇ ਉਸਦਾ ਸਮਾਜਿਕ ਬਾਈਕਾਟ ਕਰਨ ਦੀ ਵੀ ਗੱਲਬਾਤ ਕਹੀ ਸੀ, ਜਿੱਥੇ ਕਿ ਅੱਜ ਦੀਪ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆ ਕੇ ਕਾਫੀ ਇਮੋਸ਼ਨਲ ਹੁੰਦੇ ਹੋਏ
ਕਾਫੀ ਵੱਡੀਆਂ ਗੱਲਾਂ ਸਾਂਝੀਆਂ ਕੀਤੀਆਂ ਅਤੇ ਕੁਝ ਆਪਣੇ ਇਸ ਸਮੇਂ ਦੇ ਹਾਲਾਤਾਂ ਬਾਰੇ ਵੀ ਦੱਸਿਆ, ਜਿਸ ਨੂੰ ਸੋਚ ਕੇ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਤੁਸੀਂ ਵੀ ਦੇਖੋ ਦੀਪ ਸਿੱਧੂ ਦੀ ਇਸ ਵੀਡੀਓ ਕਲਿੱਪ ਨੂੰ ਅਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਨ ਇਸ ਵੀਡੀਓ ਕਲਿੱਪ ਨੂੰ ਦੇਖਣ ਤੋਂ ਬਾਅਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੱਲੇ ਪੰਜਾਬੀਓ, ਬੜਾ ਤੁਸੀਂ ਸਿਲਾ ਦਿੱਤਾ, ਕਿਰਦਾਰ ਦਾ ਸਰਟੀਫਿਕੇਟ ਵੰਡਤਾ, ਸਭ ਕੁਝ ਛੱਡ ਕੇ ਤੁਹਾਡੇ ਲਈ ਆ ਗਿਆ। ਸਾਰੀ ਜ਼ਿੰਦਗੀ ਜਿਵੇਂ ਜਿਉਂਆ ਸੀ ਸਭ ਕੁਝ ਛੱਡਤਾ, ਆਪਦੇ ਰਿਸ਼ਤੇ, ਆਪਦਾ ਕੰਮ, ਪਰਸਨਲ ਲਾਈਫ ਸਭ ਕੁਝ ਛੱਡਤਾ ਤੁਹਾਡੇ ਲਈ। ਮੈਂ ਕੀਤਾ ਕੀ ਆ, ਸਿਰਫ ਤੁਹਾਡੇ ਹੱਕਾਂ ਲਈ ਲੜਿਆ, ਤੁਹਾਡੇ ਹੱਕਾਂ ਦੀ ਆਵਾਜ਼ ਬੁਲੰਦ ਕੀਤੀ ਆ। ਇਹ ਤੁਹਾਡਾ ਸਿਲਾ ਤੁਹਾਡੇ ਹੱਕਾਂ ਲਈ ਲੜਨ ਦਾ, ਪੰਜਾਬ ਦੀ ਆਵਾਜ਼ ਬੁਲੰਦ ਕੀਤੀ ਆ, ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਆ। ਕੀ ਕੀਤਾ ਮੈਂ, ਕਿੰਨੇ ਮਹੀਨੇ ਹੋ ਗਏ ਉਹ ਨਹੀਂ ਦਿਖੇ, ਕਿੰਨੇ ਮਹੀਨੇ ਸੜਕਾਂ ਤੇ ਤੰਬੂਆਂ ਚ ਲੋਕਾਂ ਦੇ ਨਾਲ ਮਿਲਦੇ ਗਿਲਦੇ ਗੱਲਾਂ ਕਰਦੇ, ਕਿਸੇ ਨੂੰ ਕੁਛ ਨਹੀਂ ਦਿਖਿਆ, ਸਰਕਾਰਾਂ ਨਾਲ ਮੱਥਾ ਲਾਉਂਦੇ। ਅੱਜ ਇੱਕ ਬੰਦੇ ਨੂੰ ਫੜ ਕੇ ਉਹਨੂੰ ਗਰਦਾਰ ਬਣਾਤਾ, ਕਿਉਂ? ਕਿਉਂਕਿ 5 ਲੱਖ ਬੰਦਾ ਲਾਲ ਕਿਲੇ ਚ ਸੀ, ਹੋਰ ਵੀ ਬਥੇਰੇ ਸਾਡੇ ਆਗੂ ਫਿਰ ਸਿੰਗਰ ਸਭ ਉਧਰ ਨੂੰ ਸੀ, ਪਰ ਇੱਕ ਬੰਦਾ ਕਾਹਦੇ ਖਾਤਰ? ਇੱਕ ਖਾਲੀ ਪਿਆ ਉੱਥੇ ਜਿਹੜਾ ਡਾ ਸੀ ਉਹਦੇ ਤੇ ਸਾਡੇ ਲੋਕਾਂ ਨੇ ਜਾ ਕੇ ਆਪਦਾ ਰੋਸ ਵਜੋਂ ਸਰਕਾਰ ਨੂੰ ਜਗਾਉਣ ਵਾਸਤੇ ਕਿਸਾਨੀ ਦਾ ਝੰਡਾ ਤੇ ਨਿਸ਼ਾਨ ਸਾਹਿਬ ਲਾਤਾ। ਉੱਥੇ ਕਿਸੇ ਨੇ ਸਟੈਂਡ ਨਹੀਂ ਲਿਆ, ਕਿਤੇ ਉਹ ਸਟੈਂਡ ਲਿਆ ਹੁੰਦਾ ਇਹ ਕਹਿ ਕੇ ਵੀ ਜਾਗੋ ਸਰਕਾਰ, ਜਾਗੋ ਸਾਨੂੰ ਸਾਡੇ ਹੱਕ ਦਿਓ, ਕਿੰਨੀ ਚੜ੍ਹਦੀ ਕਲਾ ਹੋਣੀ ਸੀ। ਪਰ ਦੀਪ ਸਿੱਧੂ ਇੱਕ ਗਦਾਰ ਬਣਦਾ, 5 ਲੱਖ ਬੰਦੇ ਨੂੰ ਦੀਪ ਸਿੱਧੂ ਪਿੱਛੇ ਲਾ ਕੇ ਲੈ ਗਿਆ। ਤੁਹਾਨੂੰ ਕੁਛ ਨਹੀਂ ਦੇਖਦਾ, ਬਸ ਤੁਹਾਨੂੰ ਗੱਲਾਂ ਹੀ ਕਹਿਣੀਆਂ ਹੁੰਦੀਆਂ। ਲੋਕਾਂ ਨੇ ਗੱਲਾਂ ਕਹਿਤੀਆਂ, ਤੁਸੀਂ ਉਹੀ ਗੱਲਾਂ ਮੰਨ ਲਈਆਂ। ਮੇਰੀ ਰੂਹ ਦੁਖੀ ਆ, ਇਸ ਕਰਕੇ ਨਹੀਂ ਵੀ ਸਰਕਾਰਾਂ ਕੀ ਕਹਿ ਰਹੀਆਂ, ਇਸ ਕਰਕੇ ਵੀ ਆਪਦੇ ਲੋਕ ਕੀ ਕਹਿ ਰਹੇ ਆ। ਤੁਸੀਂ ਮੈਨੂੰ ਹਰਟ ਕੀਤਾ, ਕੋਈ ਨਹੀਂ ਖੜੂਗਾ ਤੁਹਾਡੇ ਲਈ, ਕੋਈ ਨਹੀਂ ਆਊਗਾ ਤੁਹਾਡੇ ਲਈ ਲੜਨ, ਤੁਹਾਨੂੰ ਵਰਤਨ ਆਉਣਗੇ। ਮੈਂ ਤਾਂ ਹੋਂਦ ਦੀ ਲੜਾਈ ਲੜ ਰਿਹਾ ਸੀ, ਹੋਂਦ ਤਾਂ ਬਾਈ ਉਹ ਤੁਸੀਂ ਆਪ ਹੀ ਖਰੀ ਖੋਰੇ ਖਤਮ ਕਰੀ ਬੈਠੇ ਹੋ ਟੱਬੀਆਂ ਦੀ। ਇਹ ਤਾਂ ਹੋਂਦ ਨਹੀਂ ਆ ਸਾਡੇ ਲੋਕਾਂ ਦੀ, ਇਹ ਹੋਂਦ ਤਾਂ ਨਹੀਂ ਆ, ਇਹ ਕਿਰਦਾਰ ਤਾਂ ਨਹੀਂ ਆ। ਮੇਰੇ ਨਾਲ ਤੁਸੀਂ ਕਰ ਕੀ ਦਿੱਤਾ, ਕਿਸੇ ਨੂੰ ਸਮਝ ਨਹੀਂ ਆ ਰਹੀ ਮੇਰਾ ਹਾਲ ਕੀ ਆ। ਦੇਖ ਲੋ, ਆ ਦੇਖੋ, ਤੁਹਾਡੇ ਨਾਲ ਤਾਂ ਯਾਰ ਜਿਹੜੇ ਸਾਡੇ ਬਿਹਾਰ ਮਜ਼ਦੂਰ ਇੱਥੇ ਖੇਤਾਂ ਚ ਕੰਮ ਕਰਦੇ ਆ ਸਾਡੇ, ਉਹ ਚੰਗੇ ਆ। 2 ਦਿਨ ਕੋਠੇ ਛਗਲਿਆਂ ਨੇ ਮੈਨੂੰ ਟਿਕਾਣਾ ਦਿੱਤਾ, ਉਹਨਾਂ ਦੇ ਨਾਲ ਰਿਹਾ, ਸੜਕਾਂ ਤੇ ਫਿਰਦਾ, ਕਦੇ ਇੱਕ ਪਾਸੇ ਨੂੰ ਕਦੇ ਦੂਜੇ ਪਾਸੇ ਨੂੰ, ਮਗਰ ਪੈ ਜਾਂਦੇ ਉੱਥੋਂ। ਉੱਥੇ ਲੜਾਂ ਤੁਹਾਡੇ ਨਾਲ ਖੜ ਕੇ, ਬੈਠਾ ਖੇਤ ਚ ਬੰਬੇ ਫਿਰਦਾ ਜੀ ਦੀਪ ਸਿੱਧੂ ਤਾਂ, ਤੇ ਵੀ ਇਹ ਅਪੀਲਾਂ ਕਰਦਾ ਫਿਰਦਾ, ਨਹੀਂ ਸਾਡੇ ਮੋਰਚੇ ਚ ਇਕੱਠੇ ਹੋ ਕੇ ਜਾਓ, ਕੋਈ ਨੀ ਦੀਪ ਸਿੱਧੂ ਪਾਸੇ ਹੋ ਜੂਗਾ।
ਤੁਸੀਂ ਮੋਰਚੇ ਚ ਇਕੱਠੇ ਹੋ ਕੇ ਜਾਓ, ਅਸੀਂ ਮੋਰਚਾ ਜਿੱਤਣਾ, ਫਤਿਹ ਕਰਨਾ। ਆਹ ਮੇਰਾ ਖਾਣਾ, ਆਹ ਮੇਰਾ ਹਾਲ, ਆਹ ਕੇਲੇ ਕਿੰਨੂ ਖਾ ਕੇ ਗੁਜ਼ਾਰੇ ਕਰੀ ਜਾਂਦਾ। ਆਹ ਦੇਖੋ, ਆਹ ਮੇਰੇ ਹਾਲ ਆ, ਇੱਥੇ ਰੋਟੀ ਨੂੰ ਤਰਸਦਿਆਂ ਫਿਰਦਾ, ਤੇ ਤੁਸੀਂ ਮੇਰੇ ਪਰਿਵਾਰ ਤੇ ਚੜ ਗਏ, ਮੇਰੇ ਪਿਓ ਨੂੰ। ਉਹ ਕੋਈ ਆਪ ਸਟੇਟ ਦਾ ਬੰਦਾ, ਸੈਣੀ ਦਾ ਕਰੀਬ, ਉਹ ਆ ਕੇ ਮੇਰੇ ਪਿਓ ਤੇ ਲਾਹਨਤਾਂ ਲਾ ਰਿਹਾ, ਤੋਹਮਤਾਂ ਲਾ ਰਿਹਾ। ਉਹਨੇ ਸਭ ਕੁਝ ਵਾਰਤਾ, ਸਾਨੂੰ ਵੀ ਸੜਕਾਂ ਤੇ ਪਾਲਿਆ, ਦਸ ਦਸ ਰੁਪਈਆਂ ਦੇ ਮੁਹਤਾਜ ਹੁੰਦੇ ਸੀ, ਕੋਠੀਆਂ ਚ ਰਹਿੰਦੇ ਸੀ ਜਿਹੜੇ, ਦਸ ਦਸ ਰੁਪਈਆਂ ਦੇ, ਕਿਉਂਕਿ ਸਭ ਕੁਝ ਵਾਰਤਾ, ਤੁਹਾਡੇ ਤੇ ਹੀ ਵਾਰਿਆ। ਕਿਰਾਇਆਂ ਤੇ ਪਲੇ ਆ, ਕਿਰਾਇਆਂ ਤੇ ਰਹੇ ਆ, ਕਿਰਾਏ ਨੀ ਹੁੰਦੇ ਸੀ ਜੇਬ ਚ। ਅੱਜ ਉਸ ਪਿਓ ਦੀਆਂ ਸਫਾਈਆਂ ਦੇਊਂਗਾ ਮੈਂ। ਕੌਣ ਲੜੂਗਾ ਤੁਹਾਡੇ ਲਈ? ਤੁਹਾਡੇ ਲਈ ਨੀ ਕੋਈ ਲੜ ਸਕਦਾ, ਤੁਹਾਡੇ ਚ ਹੈ ਨੀ ਗੈਰਤੀ, ਹੈ ਨੀ ਤੁਹਾਡੇ ਚ। ਤੁਸੀਂ ਅੱਜ ਮੈਨੂੰ ਇਮੋਸ਼ਨਲ ਕਰਤਾ, ਮੇਰੀ ਮੇਰੀ ਰੂਹ ਅੱਜ ਦੁਖੀ ਆ ਤੁਹਾਡੇ ਤੋਂ। ਤੁਸੀਂ ਮੈਨੂੰ ਗਦਾਰ ਦੱਸਦੇ ਹੋ, ਮੈਨੂੰ ਸਰਕਾਰਾਂ ਦੇ ਬੰਦੇ ਆਏ ਨੀ ਫਿਰਦੇ ਹੁੰਦੇ? ਸਰਕਾਰਾਂ ਦੇ ਬੰਦੇ ਤਾਂ ਫਿਰ ਹੋਟਲਾਂ ਚ ਹੋਣੇ ਚਾਹੀਦੇ ਸੀ, ਵੱਡੇ ਵੱਡੇ ਰਿਜ਼ੋਰਟਾਂ ਚ ਹੋਣੇ ਚਾਹੀਦੇ ਸੀ, ਜੇ ਸਰਕਾਰਾਂ ਦੇ ਨਾਲ ਮਿਲ ਕੇ ਗੱਲਾਂ ਕੋਈ ਕਰਦਾ ਤਾਂ। ਜ਼ਿੰਦਗੀ ਦੇ 20 ਸਾਲ ਸਨੀ ਦਿਓਲ ਨੂੰ ਦਿੱਤੇ, ਉਹਦੀਆਂ ਚੋਣਾਂ ਚ 20 ਦਿਨ, ਉਹ ਆਪਦੀ ਜ਼ਿੰਦਗੀ ਦੇ 20 ਦਿਨ ਸਨੀ ਦਿਓਲ ਦੇ ਨਾਲ, ਵੀ ਉਹ ਮੇਰਾ ਕੋਈ ਨੀ ਭਰਾ, ਮੇਰਾ ਦੋਸਤ ਆ, ਉਹਦੀਆਂ ਚੋਣਾਂ ਚ ਲਾਏ। ਕਦੇ ਉੱਥੇ ਕੋਈ ਇੰਟਰਵਿਊ ਕੱਢ ਕੇ ਦੇਖ ਲਓ, ਕਦੇ ਬੀਜੇਪੀ ਵਾਸਤੇ ਕੋਈ ਵੋਟ ਨੀ ਮੰਗੀ। ਤੁਸੀਂ ਮੈਨੂੰ ਆਰਐਸਐਸ, ਬੀਜੇਪੀ, ਗਦਾਰ, ਤੇ ਉਹ ਸਨੀ ਦਿਓਲ ਬਾਰ ਬਾਰ ਪੋਸਟਾਂ ਪਾਉਂਦਾ, ਬਾਰ ਬਾਰ ਪੋਸਟਾਂ ਪਾਉਂਦਾ। ਕਹਿ ਦੋ ਸਨੀ ਦਿਓਲ ਨੂੰ ਵੀ, ਅੱਜ ਕਹਿੰਦਾ ਮੈਂ ਸਨੀ ਦਿਓਲ ਨੂੰ, ਤੂੰ ਗਲਤ ਆ ਬਾਈ ਓਏ, ਤੂੰ ਛੱਡ ਗਿਆ ਸਾਥ ਜਿੱਥੇ ਤੁਹਾਨੂੰ ਖੜਾ ਰਹਿਣਾ ਚਾਹੀਦਾ ਸੀ। ਹਰ ਬੰਦੇ ਨੂੰ ਇੱਜ਼ਤ ਦਿੱਤੀ ਆ, ਨਾ ਲੈ ਕੇ ਕਿਸੇ ਦੇ ਖਿਲਾਫ ਕੁਛ ਬੋਲਿਆ ਹੋਵਾ, ਨਾ ਲੈ ਕੇ, ਸਿਰਫ ਮੈਂ ਖੜਾ ਰਿਹਾ। ਤਾਂ ਸੰਘਰਸ਼ ਆਪਦੇ ਦਿਲ ਤੋਂ, ਆਪਦੀ ਰੂਹ ਤੋਂ ਪੁੱਛੋ, ਸੰਘਰਸ਼ ਕਿੱਥੋਂ ਤੱਕ ਪਹੁੰਚ ਗਿਆ? ਮੈਂ ਡਰਦਾ ਕਿਸੇ ਪੁਲਿਸ ਪਾਲਸ ਤੋਂ ਨੀ ਡਰਦਾ ਮੈਂ, ਕੋਈ ਨੀ ਚੱਕ ਲੈਣਗੇ, ਪਰ ਮੇਰੇ ਕੋਲੇ ਬਹੁਤ ਕੁਛ ਆ, ਮੈਂ ਪੀ ਜਾਂਦਾ ਪਰ ਇਸ ਕਰਕੇ ਕਿਉਂਕਿ ਸੰਘਰਸ਼ ਹਜੇ ਚੱਲ ਰਿਹਾ। ਸੰਘਰਸ਼ ਦਾ ਏਕਾ ਬਣਾਈ ਰੱਖੋ। ਹਜੇ ਵੀ ਮੈਂ ਪਿੰਡਾਂ ਵਾਲਿਆਂ ਨੂੰ, ਸਾਡਿਆਂ ਨੂੰ, ਸਾਡੇ ਸਾਰੇ ਪੰਜਾਬ, ਹਰਿਆਣੇ, ਯੂਪੀ ਸਭ ਬੰਦਿਆਂ ਨੂੰ ਬੇਨਤੀ ਕਰਦਾ, ਬਿਹਾਰ ਵਾਲਿਆਂ ਨੂੰ ਵੀ, ਜਾਓ ਬਾਈ ਮੋਰਚੇ ਚ ਜਾਓ ਇਕੱਠੇ ਹੋ ਕੇ, ਕੋਈ ਗੱਲ ਨੀ, ਸੱਚ ਤਾਂ ਨਿੱਤਰ ਹੀ ਆਉਣਾ ਹੁੰਦਾ ਇੱਕ ਦਿਨ। ਤੈ ਜੋੜੀ ਬੈਠੀਆਂ ਯਾਰ, ਆਹ ਸੀਵਰਾਂ ਵਾਲੇ ਪਾਈਪ ਪਏ ਆ ਬਈਆ, ਇਧਰ ਕੋ ਕਰਨਾ ਯਾਰ, ਇਧਰ ਦਿਖਾਣਾ। ਇੱਥੇ ਦੀਪ ਸਿੱਧੂ ਰਹਿੰਦਾ ਹੁੰਦਾ ਸੀ। ਆ ਬਿਹਾਰੀ ਬੰਦੇ ਚੰਗੇ ਆ ਯਾਰ ਤੁਹਾਡੇ ਤੋਂ, ਜਿਹੜੇ ਮੈਨੂੰ ਅੱਜ ਜਿਵੇਂ ਵਿਚਾਰਿਆਂ ਨੇ ਮਾੜਾ ਮੋਟਾ ਕਰਕੇ ਆਪਦਾ ਸਾਂਭੀ ਤਾਂ ਬੈਠੇ ਆ, ਕਿਸੇ ਕੰਮ ਦੇ ਨੀ। ਤੁਸੀਂ ਗੁਰੂਆਂ ਤੋਂ ਬੇਮੁੱਖ ਹੋ ਗਏ, ਤੁਸੀਂ ਗੁਰੂਆਂ ਦਾ ਸਾਥ ਛੱਡਤਾ, ਮੈਂ ਕਿਹੜੇ ਇੱਥੇ ਕੰਮ ਦੇ ਨੀ। ਜਿਹੜੇ ਪਾਸੇ ਨੂੰ ਤੁਰ ਪਏ ਬਸ ਉਧਰ ਨੂੰ, ਜਿੰਦਰ ਨੂੰ ਭੇਡ ਚਾਲ, ਉਧਰ ਨੂੰ ਭੇਡ ਚਾਲ। ਦੀਪ ਸਿੱਧੂ ਹੱਕਾਂ ਦੀ ਲੜਾਈ ਲੜਨ ਆਇਆ ਸੀ, ਆ ਇੱਕ ਭੈਣ ਨੇ ਰੱਖੜੀ ਬੰਨਤੀ, ਕਹਿੰਦੀ ਨਹੀਂ ਤੂੰ ਮੇਰੇ ਭਾਈ ਹੋ, ਜੈਸਾ ਮੇਰਾ ਭਾਈ ਮੇਰੇ ਦੇਸ਼ ਮੇ ਹੈ ਵੈਸੇ ਤੂੰ ਮੇਰੇ ਭਾਈ ਹੋ, ਕੁਛ ਨਹੀਂ ਹੋਗਾ ਤੁਮੇ, ਸਭ ਸਾਲੇ ਸਾਥ ਛੱਡ ਕੇ ਸੋਹਾਂ ਖਾ ਖਾ।
ਇੱਕ ਦਿਨ ਪਟਿਆਲੇ ਗਿਆ, ਇੱਥੋਂ ਪਟਿਆਲੇ ਗਿਆ, ਪਟਿਆਲਾ ਪੁਲਿਸ ਨੇ ਟਰੈਪ ਲਾਤਾ। ਪੁੱਛ ਲਓ ਇਹਨਾਂ ਪੁਲਿਸ ਵਾਲਿਆਂ ਨੂੰ ਜੇ ਝੂਠ ਬੋਲਦਾ ਤਾਂ, ਦੋ ਦਿਨ ਪਹਿਲਾਂ ਉਹ ਪ੍ਰਮਾਤਮਾ ਵਾਹਿਗੁਰੂ ਨੇ ਬਚਾਇਆ, ਕਿਉਂਕਿ ਅਸੀਂ ਝੂਠੇ ਨਹੀਂ ਆ ਨਾ ਹੀ ਗੱਦਾਰ ਆ। ਗੈਰਤ ਜਿਨ੍ਹਾਂ ਚ ਮਰ ਜਾਂਦੀ ਹੈ ਨਾ, ਗੱਦਾਰ ਉਹ ਹੁੰਦੇ ਆ ਜਿਹੜੇ ਅੰਦਰ ਗੈਰਤ ਸਾਂਭੀ ਰੱਖੀ ਪਏ ਹੁੰਦੇ ਆ, ਉਹ ਗੱਦਾਰ ਨਹੀਂ ਹੁੰਦੇ। ਸੱਚ ਨੇ ਤਾਂ ਸਾਹਮਣੇ ਆਉਣਾ ਹੀ ਆ ਇੱਕ ਦਿਨ। ਰੋਟੀਆਂ ਖਾਈ ਜਾਂਦੇ ਹੋਵੋਗੇ ਨਾ ਤੁਸੀਂ ਆਪਦੀਆਂ ਘਰਾਂ ਚ ਬਹਿ ਕੇ, ਜ਼ਮੀਨਾਂ ਬਚਾਉਣ ਨੂੰ ਤੋਂ ਤੁਸੀਂ ਤੁਰੇ ਹੋ ਨਾ। ਗੈਰਤਾਂ ਮਾਰ ਕੇ ਬਚਾ ਲਓ, ਝੂਠ ਮਾਰ ਕੇ ਬਚਾ ਲਓ। ਬੰਦੇ ਉੱਥੇ ਲਾਲ ਕਿਲੇ ਤੇ ਗਏ ਆ, 5 ਲੱਖ ਬੰਦਾ ਗੱਦਾਰ ਕਹਿਤਾ ਤੁਸੀਂ, ਸ਼ਰਮ ਆਉਣੀ ਚਾਹੀਦੀ ਆ ਤੁਹਾਨੂੰ। ਪਿੱਛੇ ਜਿਹੜੇ ਲਾਲ ਕਿਲੇ ਵੱਲ ਨੂੰ ਤੁਰੇ ਸੀ, ਆਪਦੀਆਂ ਰੂਹਾਂ ਤੋਂ ਪੁੱਛੋ, ਤੁਸੀਂ ਪੁੱਛੋ ਤਾਂ ਸਹੀ ਅੰਦਰੋਂ ਜਵਾਬ ਕੀ ਮਿਲਦਾ ਤੁਹਾਨੂੰ। ਆਪਦੇ ਆਪ ਨੂੰ ਅੰਦਰ ਝਾਤੀ ਤਾਂ ਮਾਰੋ, ਆ ਵਿੱਚੋਂ ਕੋਈ ਦੁਖੀ ਤਿੱਕੀ ਜੇ ਉੱਠ ਕੇ, ਦੀਪ ਸਿੱਧੂ ਨੇ ਧਿਰ ਬਣਾਉਣੀ ਸੀ ਬੱਚੇ ਦੀ ਸੌਂ, ਦੀਪ ਸਿੱਧੂ ਨੇ ਕਿਹਾ, ਦੀਪ ਸਿੱਧੂ ਤੁਹਾਨੂੰ ਸਾਹਮਣੇ ਨੀ ਖੜਾ ਕਰਦਾ, ਤੁਸੀਂ ਦੀਪ ਸਿੱਧੂ ਦੀ ਗੱਲ ਕਰਦੇ ਹੋ, ਧਿਰ ਬਣਾਉਣੀ ਸੀ। ਦੀਪ ਸਿੱਧੂ ਨੇ ਧਿਰ ਬਣਾਉਣੀ ਹੁੰਦੀ, ਸਾਹਮਣੇ ਆ ਕੇ ਕਹੂਗਾ ਦੀਪ ਸਿੱਧੂ ਧਿਰ ਬਣਾਉਣੀ ਆ, ਨਹੀਂ। ਪਰ ਦੀਪ ਸਿੱਧੂ ਦੇ ਦੋਸਤ ਨਾਲ ਮੈਂ ਗੱਲ ਕੀਤੀ ਸੀ, ਦੀਪ ਸਿੱਧੂ ਦੇ ਦੋਸਤ ਨੇ ਕਿਹਾ, ਪਾਟ ਬੰਦਾ ਮੇਰੇ ਪਿਓ ਤੇ, ਉਸ ਪਿਓ ਤੇ ਜਿਹਦੀ ਖਾਤਰ ਮੈਂ ਤਾਂ ਲਾਉਂਗਾ ਮਿੱਤਰੋ ਜੇਲ੍ਹ, ਜੇਲ੍ਹ ਜੂਲ ਜਾਣ ਤੋਂ ਨੀ ਮੈਂ ਹੁਣ ਡਰਦਾ, ਪਰ ਜਿੱਦਾਂ ਬਾਹਰ ਨਿਕਲਿਆ ਨਾ, ਵਾਣੀ ਪਾਊਂਗਾ, ਇੱਕ ਇੱਕ ਬੰਦੇ ਨੂੰ ਵਾਣੀ ਪਾਊਂਗਾ। ਯਾਦ ਰੱਖਿਓ, ਜਿੱਥੇ ਤੁਸੀਂ ਪਹੁੰਚਾਤਾ ਨਾ ਮੈਨੂੰ, ਜੋ ਜੋ ਤੁਸੀਂ ਗੱਲਾਂ ਕਹੀਆਂ, ਮੇਰਾ ਤਾਂ ਤੁਸੀਂ ਝੰਜੋੜਤਾ ਸਭ ਕੁਛ, ਸਭ ਕੁਛ। ਇੱਕ ਇੱਕ ਗੱਲ ਦਾ ਜਵਾਬ ਆ ਮੇਰੇ ਕੋਲੇ, ਇੱਕ ਇੱਕ ਬੰਦੇ ਦੀ ਗੱਲ ਆ ਮੇਰੇ ਕੋਲੇ, ਪਰ ਨਹੀਂ ਪੀਜਾ ਮਿੱਤਰਾ, ਟਾਈਮ ਨਹੀਂ ਆ। ਵਾਹਿਗੁਰੂ ਨੇ ਜੋ ਲਿਖਿਆ ਉਹਨਾਂ ਨੇ ਆਪ ਬਹੁਤ ਕੁਛ ਝੱਲਿਆ, ਸਾਡੇ ਗੁਰੂਆਂ ਨੇ, ਸਾਡੇ ਰਹਿਬਰਾਂ ਨੇ ਬੜਾ ਕੁਛ ਝੱਲਿਆ, ਝੱਲਣਾ ਪੈਂਦਾ ਹੁੰਦਾ, ਝੱਲੀ ਜਾਂਦੇ ਆ। ਪਰ ਇੱਕ ਜਜ਼ਬਾਤੀ ਬੰਦੇ ਤੇ ਜੋ ਜਜ਼ਬਾਤ ਤੁਸੀਂ ਹਰਟ ਕੀਤੇ ਆ, ਸੱਟ ਮਾਰੀ ਆ ਨਾ ਤੁਸੀਂ, ਤੁਸੀਂ ਰੂਹ ਤੇ ਸੱਟ ਮਾਰੀ ਆ, ਤੁਹਾਨੂੰ ਮਾਫੀ ਦੇਊਗਾ। ਕਿਹੜੇ ਰੱਬ ਤੋਂ ਮਾਫੀ ਮੰਗੋਗੇ? ਕਿਹੜੇ ਤੁਹਾਡੇ ਅੰਦਰ ਹੈਗੀ ਆ ਹਜੇ ਸੋਲ ਤੁਹਾਡੀ ਜਿਉਂਦੀ ਆ, ਮਾਫੀ ਮੰਗ ਲਓਗੇ ਤੁਸੀਂ? ਇੰਨੇ ਜੋ ਕਿ ਹੈਗੇ ਹੋ, ਰੱਬ ਤੋਂ ਮਾਫੀ ਮੰਗੋਗੇ ਤੁਸੀਂ? ਨਹੀਂ ਦੇਣੀ, ਉਹਨੇ ਮਾਫੀ ਨਹੀਂ ਦੇਣੀ। ਕਿੱਥੇ ਭੱਜ ਲਓਗੇ? ਜ਼ਮੀਨਾਂ ਜਾਇਦਾਦਾਂ ਲੈ ਕੇ ਭੱਜ ਲਓਗੇ? ਨਹੀਂ ਮਿੱਤਰੋ, ਇੱਕ ਦਿਨ ਤਾਂ ਸਾਹਮਣਾ ਕਰਨਾ ਹੀ ਪਊਗਾ ਉਸ ਅਕਾਲ ਪੁਰਖ ਵਾਹਿਗੁਰੂ ਦਾ, ਤੇ ਉਹਨੇ ਮਾਫੀ ਨਹੀਂ ਦੇਣੀ ਤੁਹਾਨੂੰ। ਚੜ੍ਹਦੀ ਕਲਾ ਚ ਮੈਂ, ਚੜ੍ਹਦੀ ਕਲਾ ਚ ਮੈਂ ਸਿਰਫ ਜਜ਼ਬਾਤੀ ਆ, ਕਿਉਂਕਿ ਆਪਦੇ ਸਾਥ ਛੱਡ ਗਏ। ਬਿਹਾਰੀ ਤੁਹਾਡੇ ਤੋਂ ਚੰਗੇ ਆ 100 ਗੁਣਾ ਦਰ, ਤੁਹਾਡੀਆਂ ਜ਼ਮੀਨਾਂ ਸਾਂਭਦੇ ਆ ਕੇ ਇੱਥੇ, ਇਹਨਾਂ ਨੂੰ ਪਤਾ ਜ਼ਮੀਨਾਂ ਦਾ ਮੁੱਲ ਕੀ ਆ? ਤੁਸੀਂ ਤਾਂ ਭੁੱਲ ਗਏ, ਤੁਸੀਂ ਆਪਦੇ ਮਾਂ ਦੇ ਨਹੀਂ ਰਹੇ, ਆਪਦੀ ਧਰਤੀ ਆਪਦੀ ਮਾਂ ਦੇ ਨਹੀਂ ਰਹੇ ਤੁਸੀਂ। ਕੌਣ ਖੇਤੀ ਕਰਦਾ ਤੁਹਾਡੇ ਚੋਂ? ਸਿਆਸਤ ਕਰਦੇ ਹੋ ਤੁਸੀਂ, ਤੁਹਾਨੂੰ ਸਿਆਸਤ ਆਉਂਦੀ ਆ? ਜੇ ਮੈਨੂੰ ਸਿਆਸਤ ਆਉਂਦੀ ਹੁੰਦੀ ਨਾ, ਜਿੰਨੇ ਲੱਖਾਂ ਲੋਕ ਮੈਨੂੰ ਮਿਲਦੇ, ਫੋਟੋਆਂ ਖਿਚਾ ਕੇ ਗਏ ਆ, ਹਰ ਕਿਸੇ ਦਾ ਮੈਂ ਸਾਂਭੀ ਬੈਠਾ ਹੁੰਦਾ ਸਭ ਕੁਛ, ਵੀ ਆ ਜਾਓ ਬਈ ਕਰੀਏ ਡਰਾਮੇ ਅੱਗੇ ਵੀ, ਪਰ ਉਹ ਡਰਾਮੇ ਮੇਰੇ ਤੋਂ ਹੋਏ ਨਹੀਂ, ਕਿਉਂਕਿ
ਸਿਆਸਤ ਕਰਨ ਹੀ ਨਹੀਂ ਆਇਆ ਸੀ ਮੈਂ।